ਹਾਂਜੀ ਸਤਿ ਸ਼੍ਰੀ ਅਕਾਲ ਜੀ YouTube ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇੱਕ ਹੋਰ ਕਿਸਾਨ ਵੀਜ਼ਾ ਵੀਰਾਂ ਦੇ ਲਈ ਤਾਜ਼ਾ ਖਬਰ ਲੈ ਕੇ ਆਏ ਆਂ ਜੀ ਜਿਹੜੇ ਕਿਸਾਨ ਵੀਰ ਪਸ਼ੂ ਪਾਲਦੇ ਹਨ 53 ਲੀਟਰ ਦੁੱਧ ਦੇਣ ਵਾਲੀ ਗਾਂ ਦੀ ਕੀਮਤ 51 ਲੱਖ ਰੁਪਏ ਤੇ ਇਸ ਵੀਡੀਓ ਦੇ ਵਿੱਚ ਆਪ ਇਸ ਦੇ ਬਾਰੇ ਗੱਲ ਕਰਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਬੇਨਤੀ ਹੈ ਜੇਕਰ ਤੁਸੀਂ ਹਾਲੇ ਤੱਕ ਸਾਡਾ YouTube ਚੈਨਲ ਪੰਜਾਬ ਵੈਦਰ ਟੂਡੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਵਾਲਾ ਸਬਸਕ੍ਰਾਈਬ ਵਾਲਾ ਬਟਨ ਨਾਪਕੇ ਸਬਸਕ੍ਰਾਈਬ ਕਰ ਤੋਂ ਦੇ ਨਾਲ ਹੀ ਘੰਟੀ ਵਾਲਾ ਬਟਨ ਨਾਪ ਦਿਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਜੀ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਵੀਡੀਓ ਦੇ ਵੱਲ ਚੱਲਦੇ ਹਾਂ ਜੀ ਕਿਸਾਨ ਵੱਖ-ਵੱਖ ਨਸਲਾਂ ਦੀਆਂ ਗਾਵਾਂ ਪਾਲ ਕੇ ਲੱਖਾਂ ਰੁਪਏ ਕਮਾ ਰਹੇ ਹਨ ਐਨ ਡੀ ਆਰ ਆਈ ਚੂ ਲੱਗੇ ਰਾਸ਼ਟਰੀ ਮੇਲੇ ਚ ਹਰਿਆਣਾ ਪੰਜਾਬ ਯੂਪੀ ਅਤੇ ਰਾਜਸਥਾਨ ਦੇ ਕਿਸਾਨ ਚੋਣਵੀਆਂ ਨਸਲਾਂ ਦੇ ਪਸ਼ੂ ਲੈ ਕੇ ਪਹੁੰਚੇ ਸਨ ਤੇ ਇੱਥੇ ਐਚ ਐਫ ਕ੍ਰਾਸ ਬਰੀਡ ਦੀ ਗਾਂ ਖਿੰਚ ਦਾ ਕੇਂਦਰ ਬਣੀ ਰਹੀ ਸੋ ਸਾਰੇ ਕਿਸਾਨ ਵੀਰ ਨੋਟ ਕਰਨ ਜੀ ਇਸ ਗਾਂ ਦੀ ਕੀਮਤ ਤਰੀਕੀ ਤਕਰੀਬਨ 51 ਲੱਖ ਰੁਪਏ ਹੈ ਤੇ ਇਸ ਗਾਂ ਨੇ ਡਰਾਈ ਬਿਊਟੀ ਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਹ ਇਸ ਗਾਂ ਦੀ ਉਮਰ ਜਿਹੜੀ ਜੀ ਕਰੀਬ 3.5 ਸਾਲ ਹੈ ਤੁਸੀਂ ਵੀਡੀਓ ਦੇ ਵਿੱਚ ਇਸ ਇਮੇਜ ਦੇ ਵਿੱਚ ਇਸ ਗਾਂ ਨੂੰ ਦੇਖ ਰਹੇ ਹੋ ਤੇ ਇਹ ਤਕਰੀਬਨ 53 ਲੀਟਰ ਦੁੱਧ ਦੇਣ ਵਾਲੀ ਗਾਂ ਹੈ ਤੇ ਇਹ ਗਾਂ ਪਿੰਡ ਖੇੜੀ ਨੂਰ ਦੇ ਕਿਸਾਨ ਗੁਰਮੀਤ ਨਰਾਵਲ ਦੀ ਹੈ ਇਸ ਤੋਂ ਇਲਾਵਾ ਸੁੰਦਰਤਾ ਮੁਕਾਬਲੇ 'ਚ ਮੋਹਰਾ ਨਸਲ ਦੀ ਝੋਟੀ ਨੇ ਰਾਣੀ ਨੇ ਜਿੱਤਿਆ ਤੇ ਰਾਣੀ 27 ਮਹੀਨੇ ਦੀ ਹੈ ਤੇ ਉਸ ਦੀ ਕੀਮਤ 7 ਲੱਖ ਰੁਪਏ ਹੈ ਬ੍ਰਿਜਿੰਦਰ ਸਿੰਘ ਦੀ ਮੂਰਾ ਮੱਝ ਦੁੱਧ ਦੇ ਮੁਕਾਬਲੇ 'ਚ ਪਹਿਲੇ ਸਥਾਨ ਤੇ ਰਹੀ ਮੱਝ ਨੇ 21 ਕਿਲੋ ਦੁੱਧ ਤੇ 770 ਗ੍ਰਾਮ ਦੁੱਧ 21 ਕਿਲੋ 770 ਗ੍ਰਾਮ ਦੁੱਧ ਦਿੱਤਾ ਤੇ ਇਸ ਦੀ ਕੀਮਤ ਆ ਜਿਹੜੀ ਉਹ ਕਿਸਾਨ ਵੀਰੋ 5 ਲੱਖ ਰੁਪਏ ਆ ਜਿਆਦਾ ਦੁੱਧ ਦਾ ਉਤਪਾਦ ਮੁਕਾਬਲੇ 'ਚ U F ਸ਼ੰਕਰ ਨਸਲ ਦਾ ਦਾਦੂਪੁਰ ਕਰਨਾਲ ਦੇ ਕਿਸਾਨ ਪ੍ਰਦੀਪ ਦੀ ਗਾਂ ਨੇ 58.86 ਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਸੋ ਦੋਸਤੋ ਇਹ ਸੀ ਜੀ ਜਿਹੜਾ ਮੇਲਾ ਚੱਲ ਰਿਹਾ ਹੈ ਐਨ ਡੀ ਆਰ ਆਈ ਜਿਹੜਾ ਕਰਨਾਲ ਦੇ ਵਿੱਚ ਮੇਲਾ ਚੱਲ ਰਿਹਾ ਉਸ ਦੇ ਵਿੱਚੋਂ ਜਿਹੜੀ ਸਾਨੂੰ ਲੇਟੈਸਟ ਰਿਪੋਰਟ ਮਿਲੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੀ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜੇਕਰ ਤੁਸੀਂ ਚਾਹੁੰਦੇ ਅਸੀਂ ਇਦਾਂ ਹੀ ਕਿਸਾਨਾਂ ਦੇ ਸਬੰਧੀ ਮੌਸਮ ਦੇ ਸਬੰਧੀ ਤਾਂ ਅਸੀਂ ਆਲਰੇਡੀ ਵੀਡੀਓ ਪਾਈ ਰਹੇ ਹਾਂ ਕਿਸਾਨਾਂ ਦੇ ਸਬੰਧੀ ਵੀ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਹੋਈਏ ਤਾਂ ਥੱਲੇ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜੀ ਵੀਡੀਓ ਦੇਖਣ ਲਈ ਤੇ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ